ਜਿਵੇਂ ਕਿ ਪੰਚਾਇਤੀ ਇਲੈਕਸ਼ਨਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ, ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾਂਦੀ? ਬਿਲਕੁਲ ਜੀ, ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਅਸੀਂ ਪੂਰੀ ਤਿਆਰੀ ਕੀਤੀ ਸੀ, ਪਰ ਫਿਰ ਵੀ ਲੱਗਿਆ ਕਿ ਬਹੁਤ ਜ਼ਿਆਦਾ ਕਮੀਆਂ ਪਾਈਆਂ ਗਈਆਂ, ਜਿੱਥੇ ਕਿ ਸਾਨੂੰ ਜੋ ਮਾਣ ਪਹਿਲਾਂ ਪ੍ਰਾਪਤ ਹੋਇਆ ਸੀ ਉਸ ਤੋਂ ਅਸੀਂ ਘਟੇ ਹਾਂ 2022 ਤੋਂ। ਪਰ ਉਹ ਕਮੀਆਂ ਅਸੀਂ ਦੂਰ ਕਰਾਂਗੇ, ਅਸੀਂ ਗਰਾਊਂਡ ਲੈਵਲ ਤੱਕ ਜਾਵਾਂਗੇ, ਆਪਣੇ ਵਰਕਰਾਂ ਤੋਂ, ਆਪਣੀ ਪਬਲਿਕ ਤੋਂ ਪੁੱਛਾਂਗੇ ਕਿ ਆਖਿਰ ਕਿਸ ਗੱਲ ਪਿੱਛੇ ਉਹਨਾਂ ਨੇ ਹੁਣ ਕੋਈ ਨਾਰਾਜ਼ਗੀ ਹੈ ਜਾਂ ਕੋਈ ਕੰਮ ਨਹੀਂ ਹੈ, ਅਤੇ ਉਹਨਾਂ ਨੂੰ ਆਪਾਂ ਗਰਾਊਂਡ ਲੈਵਲ ਤੱਕ ਜਾ ਕੇ ਠੀਕ ਕਰਾਂਗੇ ਔਰ ਪੂਰੀ ਤਿਆਰੀ ਦੇ ਨਾਲ ਅਸੀਂ ਮੈਦਾਨ 'ਚ ਉਤਰਾਂਗੇ। ਕੀ ਕਾਰਨ ਕੀ ਰਿਹਾ ਹੈਗਾ ਇਸ ਦਾ? ਜੇ ਮੈਂ ਲੋਕਲ ਲੈਵਲ ਦੀ ਮਲੋਟ ਦੀ ਹੀ ਗੱਲ ਕਰਾਂ ਤਾਂ ਬਹੁਤ ਸਾਰੇ ਕਾਰਨ, ਕਈ ਵਾਰੀ ਅਸੀਂ ਕੰਮ ਕਰਾ ਵੀ ਰਹੇ ਹਾਂ ਔਰ ਜੇ ਆਪਾਂ ਰਿਪੋਰਟ ਵੀ ਲਈਏ ਤਾਂ ਪਿਛਲੇ ਕਈ ਸਾਲਾਂ ਦੀ ਰਿਪੋਰਟ ਅਤੇ ਇਹਨਾਂ 2 ਸਾਲਾਂ ਦੀ ਰਿਪੋਰਟ ਸਰਕਾਰ ਦੀ ਲੈ ਲਈਏ ਔਰ ਵੱਡੇ ਵੱਡੇ ਕੰਮ ਹੋਏ ਮਲੋਟ ਦੇ ਵਿੱਚ, ਚਾਹੇ ਮਲੋਟ ਮੁਕਤਸਰ ਸੜਕ ਲੈ ਲਓ, ਚਾਹੇ ਸੀਵਰੇਜ ਦਾ ਕੰਮ ਲੈ ਲਓ, ਚਾਹੇ ਹੋਰ ਅਸੀਂ ਜਿਵੇਂ ਕਿ ਸਾਡਾ ਮਿਮਟ ਕਾਲਜ ਖਤਮ ਹੋਣ ਜਾ ਰਿਹਾ ਸੀ, ਅੰਡਰ ਬ੍ਰਿਜ ਅਸੀਂ ਹੁਣ ਸ਼ੁਰੂ ਕਰਾਉਣ ਜਾ ਰਹੇ ਹਾਂ। ਸੋ ਇਹ ਵੱਡੇ ਵੱਡੇ ਪ੍ਰੋਜੈਕਟ ਸੀ, ਪਰ ਕਈ ਵਾਰ ਲੋਕਾਂ ਦੇ ਮਨਾਂ 'ਚ ਕਾਹਲ ਹੋ ਜਾਂਦੀ ਵੀ ਇਹ ਛੇਤੀ ਕਿਉਂ ਨਹੀਂ ਨਿਬੜ ਰਹੇ। ਟਾਈਮ ਤਾਂ ਲੱਗਦਾ ਹੀ ਹੁੰਦਾ, ਪਰ ਉਹਨੂੰ ਵਿਰੋਧੀ ਧੁਰਾਂ ਨੇ ਕਹਿ ਲਓ ਵੀ ਇਸ ਤਰ੍ਹਾਂ ਐਗਜੈਗਰੇਟ ਕੀਤਾ ਤਾਂ ਲੋਕਾਂ ਦੇ ਮਨਾਂ 'ਚ ਇੱਕ ਗੱਲ ਬਿਠਾਈ ਵੀ ਇਹ ਸ਼ਾਇਦ ਕੰਮ ਨਹੀਂ ਹੋਣੇ। ਸੋ ਮੈਂ ਆਪਣੇ ਸਮੂਹ ਵੋਟਰ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗੀ ਕਿ ਜਿਸ ਤਰ੍ਹਾਂ ਤੁਹਾਡੇ ਨਾਲ ਵਾਅਦੇ ਕੀਤੇ ਸੀ, ਅਸੀਂ ਕੰਮ ਇਨ ਪ੍ਰੋਸੈਸ ਨੇ, ਇਹ ਵੀ ਨਹੀਂ ਕਹਿ ਰਹੇ ਕਿ ਸ਼ੁਰੂ ਕਰਾਂਗੇ, ਕੰਮ ਇਨ ਪ੍ਰੋਸੈਸ ਨੇ, ਜਲਦੀ ਖਤਮ ਕਰਾਂਗੇ ਔਰ ਇਹਨਾਂ ਕੰਮਾਂ ਦੇ ਬੇਸ 'ਤੇ ਫਿਰ ਵੋਟ ਮੰਗਣ ਆਵਾਂਗੇ। ਜ਼ਿਮਨੀ ਚੋਣ ਵੀ ਹੁਣ ਜਾ ਰਹੀ ਹੈਗੀ ਹੈ, ਕਿਉਂਕਿ ਗਦਰਵਾਲ ਜਿਹੜੀ ਜ਼ਿਮਨੀ ਚੋਣ ਵਾਲੀ ਹੈ, ਕਿਸ ਤਰ੍ਹਾਂ ਦੀ ਤਿਆਰੀ? ਪੂਰੀ ਤਰ੍ਹਾਂ ਤਿਆਰੀ ਕਰਾਂਗੇ ਜੀ, ਅਸੀਂ ਜਿੱਥੇ ਕਿਤੇ ਕਮੀ ਰਹਿ ਗਈ ਉਹਨੂੰ ਪੂਰੀ ਕਰਾਂਗੇ। ਗਿੱਦੜਵਾਹੇ ਦੇ ਵਿੱਚ ਜਿੱਥੇ ਜਿੱਥੇ ਕਮੀਆਂ ਨੇ, ਜਿੱਥੇ ਜਿੱਥੇ ਸਾਡੇ ਲੋਕਾਂ ਨੂੰ ਲੱਗਦਾ ਕਿ ਇਹ ਕੰਮ ਨਹੀਂ ਹੋਏ ਪਹਿਲਾਂ, ਉਹ ਕੰਮ ਕਰਾਵਾਂਗੇ ਔਰ ਪੂਰੀ ਤਿਆਰੀ ਦੇ ਨਾਲ ਮੈਦਾਨ 'ਚ ਆਵਾਂਗੇ। ਜਿਹੜਾ ਕੰਗਣਾ ਰਾਉਤ ਦੇ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ, ਬੇਸ਼ੱਕ ਜਿਹੜਾ ਲੜਕੀ ਨੇ ਉਹ 'ਤੇ ਹਮਲਾ ਕੀਤਾ ਹੈਗਾ, ਉਹਦੀ ਸ਼ਬਦਾਵਲੀ ਨੂੰ? ਮੈਂ ਕਹਾਂਗੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਔਰ ਬਹੁਤ ਹੀ ਵਾਰ ਇਸ ਤਰ੍ਹਾਂ ਹੁੰਦਾ ਕਿ ਲੋਕ ਸਾਨੂੰ ਵੀ ਕਈ ਵਾਰੀ ਪੁੱਠਾ ਬੋਲਦੇ ਨੇ ਜਾਂ ਉਹਨਾਂ ਦੇ ਕੰਮ ਨਹੀਂ ਹੁੰਦੇ ਜਾਂ ਕੋਈ ਇਹੋ ਜਿਹੀ ਸ਼ਬਦਾਵਲੀ ਜਾਂ ਕੰਗਣਾ ਵੱਲੋਂ ਵਰਤੀ ਗਈ ਜਾਂ ਕੋਈ ਉਹਨਾਂ ਨੂੰ ਲੱਗਦਾ ਕਿ ਸਾਡੇ ਇੱਜ਼ਤ 'ਤੇ ਅਟੈਕ ਹੋਇਆ, ਸਵੈ ਮਾਣ 'ਤੇ ਅਟੈਕ ਹੋਇਆ। ਸੋ ਉਹਦਾ ਹੀ ਇੱਕ ਰਿਐਕਸ਼ਨ ਸੀਗਾ, ਉਹ ਰਿਐਕਸ਼ਨ ਕਿਸ ਤਰ੍ਹਾਂ ਹੋਇਆ, ਚਾਹੇ ਥੱਪੜ ਦੇ ਰੂਪ 'ਚ ਕਹਿ ਲਓ। ਸੋ ਪਬਲਿਕ ਦਾ ਜੋ ਰਿਐਕਸ਼ਨ ਹੈ ਉਹਨੂੰ ਸਾਨੂੰ ਸਮਝਣ ਦੀ ਲੋੜ ਹੁੰਦੀ ਹੈ ਵੀ ਆਖਿਰ ਪਬਲਿਕ ਚਾਹੁੰਦੀ ਕੀ ਹੈ, ਸਾਡੇ ਕੋਲੋਂ ਕੀ ਗਲਤ ਹੋਇਆ। ਸੋ ਇਸ ਚੀਜ਼ 'ਤੇ ਵਿਚਾਰ ਕਰਨ, ਦੂਜੇ ਪਾਸੇ ਜਥੇਬੰਦੀਆਂ ਕਹਿ ਰਹੀਆਂ ਪੰਜਾਬ ਸਰਕਾਰ ਨੂੰ ਨੌਕਰੀ ਦੇ ਵਿੱਚ, ਦੂਜੇ ਪਾਸੇ ਕੀ ਲੱਗਦਾ ਪੰਜਾਬ ਸਰਕਾਰ ਦੀ ਇਸ ਪ੍ਰਪੋਜ਼ਲ ਹੈ? ਦੇਖੋ ਜੀ, ਇਸ ਤਰ੍ਹਾਂ ਤਾਂ ਕੁਛ ਨਹੀਂ, ਪਰ ਅਸੀਂ ਜਿੱਥੇ ਕਿਤੇ ਸਾਨੂੰ ਲੱਗਦਾ ਵੀ ਕੁਛ ਗਲਤ ਹੋਇਆ ਉਹਦੇ ਨਾਲ ਜ਼ਰੂਰ ਖੜਾਂਗੇ। ਮਲੋਟ ਵਾਸੀਆਂ ਲਈ ਖੁਸ਼ਖਬਰੀ, ਹੁਣ ਮਲੋਟ ਜਾਂ ਕਿਸੇ ਵੀ ਆਸੇ ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ। ਸਿਰਫ ਇੱਕ ਕਾਲ ਰਾਹੀਂ ਬੁੱਕਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ। ਬੁੱਕਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ। ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4,999 ਰੁਪਏ ਵਿੱਚ, ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3,499 ਰੁਪਏ ਵਿੱਚ। ਬੁੱਕਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ।